ਸਤਿਕਾਰ ਮੈਂ ਸਿਮਰਨ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ। ਦੋਸਤੋ ਗੱਲ ਕਰਾਂਗੇ ਬਾਲੀਵੁੱਡ ਐਕਟਰ ਨਵਾਜ਼ੁਦੀਨ ਸਿੱਦੀਕੀ ਦੀ। ਨਵਾਜ਼ੁਦੀਨ ਸਿੱਦੀਕੀ ਜੋ ਕਿ ਆਪਣੀ ਪਤਨੀ ਆਲੀਆ ਦੇ ਕਰਕੇ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਬਣੇ ਹੋਏ ਨੇ। ਹਾਲ ਫਿਲਹਾਲ ਹੀ ਉਹਨਾਂ ਦੀ ਪਤਨੀ ਦੇ ਨਾਲ ਲੰਮੇ ਸਮੇਂ ਤੋਂ ਉਹਨਾਂ ਦਾ ਚੱਲ ਰਿਹਾ ਹੈ ਵਿਵਾਦ, ਜਿਸ ਦੇ ਚੱਲਦੇ ਆਏ ਦਿਨ ਹੀ ਉਹ ਖਬਰਾਂ ਦਾ ਹਿੱਸਾ ਬਣ ਜਾਂਦੇ ਨੇ। ਵੈਲ ਪਿੱਛੇ ਜੇ ਖਬਰ ਆਈ ਸੀ ਕਿ ਦੋਵਾਂ ਵਿੱਚ ਸਮਝੌਤਾ ਹੋ ਚੁੱਕਾ ਹੈ ਤੇ ਉਹਨਾਂ ਦੀ ਪਤਨੀ ਨੇ ਕੇਸ ਵੀ ਵਾਪਸ ਲੈ ਲਿਆ ਹੈ, ਬਟ ਉਹਨਾਂ ਨੇ ਹੁਣ ਇੱਕ ਅਜਿਹੀ ਤਸਵੀਰ ਸਾਂਝਾ ਕੀਤੀ ਹੈ ਜਿਸ ਦੇ ਚੱਲਦੇ ਇੱਕ ਵਾਰ ਫਿਰ ਤੋਂ ਨਵਾਜ਼ੁਦੀਨ ਸਿੱਦੀਕੀ ਦੀ ਪਤਨੀ ਆ ਗਈ ਹੈ ਸੁਰਖੀਆਂ ਦੇ ਵਿੱਚ। ਫੇਮਸ ਐਕਟਰ ਨਵਾਜ਼ੁਦੀਨ ਸਿੱਦੀਕੀ ਦਾ ਆਪਣੀ ਪਤਨੀ ਆਲੀਆ ਸਿੱਦੀਕੀ ਦੇ ਨਾਲ ਵਿਵਾਦ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ਦੇ ਚੱਲਦੇ ਦੋਵੇਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ। ਦੋਵਾਂ ਵਿਚਾਲੇ ਜਾਇਦਾਦ ਅਤੇ ਬੱਚਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ। ਐਕਟਰ ਦੀ ਪਤਨੀ ਨੇ ਐਕਟਰ ਖਿਲਾਫ ਕੇਸ ਵੀ ਦਰਜ ਕੀਤਾ ਸੀ। ਹਾਲਾਂਕਿ ਹੁਣ ਇਹਨਾਂ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਹੈ, ਪਰ ਅੱਜ ਆਲੀਆ ਸਿੱਦੀਕੀ ਨੇ ਇੱਕ ਅਣਜਾਣ ਵਿਅਕਤੀ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਕੇ ਆਪਣੇ ਨਵੇਂ ਰਿਸ਼ਤੇ ਬਾਰੇ ਬਹੁਤ ਕੁਝ ਕਿਹਾ ਹੈ। ਆਲੀਆ ਸਿੱਦੀਕੀ ਨੇ ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ਜਿਸ ਰਿਸ਼ਤੇ ਨੂੰ ਮੈਂ ਇੰਨਾ ਮਹੱਤਵ ਦਿੱਤਾ, ਉਸ ਤੋਂ ਬਾਹਰ ਨਿਕਲਣ 'ਚ ਮੈਨੂੰ 19 ਸਾਲ ਲੱਗ ਗਏ, ਪਰ ਮੇਰੇ ਬੱਚੇ ਮੇਰੀ ਜ਼ਿੰਦਗੀ ਵਿੱਚ ਪਹਿਲਿਆਂ ਨੇ, ਉਹ ਹਮੇਸ਼ਾ ਸਨ, ਹਮੇਸ਼ਾ ਰਹਿਣਗੇ। ਆਲੀਆ ਸਿੱਦੀਕੀ ਨੇ ਅੱਗੇ ਕਿਹਾ, ਹਾਲਾਂਕਿ ਕੁਝ ਰਿਸ਼ਤੇ ਅਜਿਹੇ ਹਨ ਜੋ ਦੋਸਤੀ ਤੋਂ ਵੱਧ ਹੁੰਦੇ ਨੇ, ਇਹ ਰਿਸ਼ਤਾ ਵੀ ਕੁਝ ਅਜਿਹਾ ਹੀ ਹੈ ਅਤੇ ਮੈਂ ਇਸ ਤੋਂ ਬਹੁਤ ਖੁਸ਼ ਹਾਂ। ਇਸ ਲਈ ਮੈਂ ਤੁਹਾਡੇ ਸਾਰਿਆਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹਾਂ ਕਿ ਮੈਨੂੰ ਖੁਸ਼ ਰਹਿਣ ਦਾ ਹੱਕ ਨਹੀਂ ਹੈ। ਨਵਾਜ਼ੁਦੀਨ ਦੀ ਪਤਨੀ ਦੀ ਪੋਸਟ 'ਤੇ ਲੋਕ ਵੱਖੋ ਵੱਖਰੇ ਕਮੈਂਟ ਕਰ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ, ਅੱਲਾ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ। ਇੱਕ ਹੋਰ ਯੂਜ਼ਰ ਨੇ ਲਿਖਿਆ, ਤੁਹਾਨੂੰ ਪੂਰਾ ਹੱਕ ਹੈ ਆਂਟੀ। ਇੱਕ ਯੂਜ਼ਰ ਨੇ ਪੁੱਛਿਆ, ਇਹ ਮਿਸਟਰ ਜੀ ਕੌਣ ਨੇ? ਆਲੀਆ ਦੀ ਪੋਸਟ ਦੇਖ ਕੇ ਨਵਾਜ਼ੁਦੀਨ ਸਿੱਦੀਕੀ ਦੇ ਫੈਨਸ ਗੁੱਸੇ ਵਿੱਚ ਆ ਗਏ। ਇੱਕ ਯੂਜ਼ਰ ਨੇ ਲਿਖਿਆ, ਆਪਣਾ ਸਰਨੇਮ ਬਦਲੋ। ਇੱਕ ਯੂਜ਼ਰ ਨੇ ਲਿਖਿਆ, ਤੂੰ ਬਹੁਤ ਡਰਾਮੇਬਾਜ਼ੀ ਕਰਦੀ ਹੈ। ਇੱਕ ਹੋਰ ਨੇ ਲਿਖਿਆ, ਬਹੁਤ ਵਧੀਆ, ਇਸੇ ਲਈ ਇਹ ਸਾਰਾ ਡਰਾਮਾ ਕੀਤਾ ਗਿਆ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਇੱਕ ਹੋਰ ਨੇ ਲਿਖਿਆ, ਕੁਝ ਦਿਨ ਪਹਿਲਾਂ ਮੈਨੂੰ ਤੁਹਾਡੇ ਲਈ ਤਰਸ ਆ ਰਿਹਾ ਸੀ, ਪਰ ਮੈਂ ਗਲਤ ਸੀ। ਨਵਾਜ਼ੁਦੀਨ ਅਤੇ ਆਲੀਆ ਦੇ ਦੋ ਬੱਚੇ ਨੇ, ਬੇਟੀ ਦੀ ਉਮਰ 12 ਸਾਲ ਅਤੇ ਬੇਟੇ ਦੀ ਉਮਰ 7 ਸਾਲ ਹੈ। ਆਲੀਆ ਨੇ ਆਪਣੇ ਪਤੀ ਦੇ ਬੱਚਿਆਂ ਨੂੰ ਛੱਡਣ ਦਾ ਦੋਸ਼ ਲਗਾਇਆ ਸੀ। ਨਵਾਜ਼ੁਦੀਨ ਨੇ ਫਿਰ ਦਾਅਵਾ ਕੀਤਾ ਸੀ ਕਿ ਆਲੀਆ ਉਹਨਾਂ ਦੀ ਜਾਣਕਾਰੀ ਤੋਂ ਬਿਨਾਂ ਬੱਚਿਆਂ ਨੂੰ ਦੁਬਈ ਤੋਂ ਭਾਰਤ ਲੈ ਆਈ ਸੀ, ਜਿਸ ਕਾਰਨ ਉਹਨਾਂ ਦੀ ਪੜ੍ਹਾਈ 'ਤੇ ਅਸਰ ਹੋ ਰਿਹਾ ਸੀ। ਖਬਰਾਂ ਦੀ ਮੰਨੀਏ ਤਾਂ ਨਵਾਜ਼ੁਦੀਨ ਅਤੇ ਆਲੀਆ ਦਾ ਤਲਾਕ ਹੋ ਜਾਵੇਗਾ। ਦੋਵਾਂ ਚਾਹੁੰਦੇ ਨੇ ਕਿ ਬੱਚਿਆਂ ਦੀ ਕਸਟਡੀ ਉਹਨਾਂ ਕੋਲ ਰਹੇ। ਸਤਿ ਸ਼੍ਰੀ ਅਕਾਲ, ਮੈਂ ਸਿਮਰਨ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹੈ। ਦੋਸਤੋ ਗੱਲ ਕਰਾਂਗੇ ਬਾਲੀਵੁੱਡ ਐਕਟਰ ਨਵਾਜ਼ੁਦੀਨ ਸਿੱਦੀਕੀ ਦੀ। ਨਵਾਜ਼ੁਦੀਨ ਸਿੱਦੀਕੀ ਜੋ ਕਿ ਆਪਣੀ ਪਤਨੀ ਆਲੀਆ ਦੇ ਕਰਕੇ ਕਾਫੀ ਟਾਈਮ ਤੋਂ ਚਰਚਾ ਦੇ ਵਿੱਚ ਬਣੇ ਹੋਏ ਨੇ। ਹਾਲ ਫਿਲਹਾਲ ਹੀ ਉਹਨਾਂ ਦੀ ਪਤਨੀ ਦੇ ਨਾਲ ਲੰਮੇ ਸਮੇਂ ਤੋਂ ਉਹਨਾਂ ਦਾ ਚੱਲ ਰਿਹਾ ਹੈ ਵਿਵਾਦ, ਜਿਸ ਦੇ ਚੱਲਦੇ ਆਏ ਦਿਨ ਹੀ ਉਹ ਖਬਰਾਂ ਦਾ ਹਿੱਸਾ ਬਣ ਜਾਂਦੇ ਨੇ। ਵੈਲ ਪਿੱਛੇ ਜੇ ਖਬਰ ਆਈ ਸੀ ਕਿ ਦੋਵਾਂ ਵਿੱਚ ਸਮਝੌਤਾ ਹੋ ਚੁੱਕਾ ਹੈ ਤੇ ਉਹਨਾਂ ਦੀ ਪਤਨੀ ਨੇ ਕੇਸ ਵੀ ਵਾਪਸ ਲੈ ਲਿਆ ਹੈ, ਬਟ ਉਹਨਾਂ ਨੇ ਹੁਣ ਇੱਕ ਅਜਿਹੀ ਤਸਵੀਰ ਸਾਂਝਾ ਕੀਤੀ ਹੈ ਜਿਸ ਦੇ ਚੱਲਦੇ ਇੱਕ ਵਾਰ ਫਿਰ ਤੋਂ ਨਵਾਜ਼ੁਦੀਨ ਸਿੱਦੀਕੀ ਦੀ ਪਤਨੀ ਆ ਗਈ ਹੈ ਸੁਰਖੀਆਂ ਦੇ ਵਿੱਚ। ਫੇਮਸ ਐਕਟਰ ਨਵਾਜ਼ੁਦੀਨ ਸਿੱਦੀਕੀ ਦਾ ਆਪਣੀ ਪਤਨੀ ਆਲੀਆ ਸਿੱਦੀਕੀ ਦੇ ਨਾਲ ਵਿਵਾਦ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ, ਜਿਸ ਦੇ ਚੱਲਦੇ ਦੋਵੇਂ ਸੁਰਖੀਆਂ ਦਾ ਹਿੱਸਾ ਬਣੇ ਹੋਏ ਨੇ। ਦੋਵਾਂ ਵਿਚਾਲੇ ਜਾਇਦਾਦ ਅਤੇ ਬੱਚਿਆਂ ਨੂੰ ਲੈ ਕੇ ਝਗੜਾ ਹੋ ਗਿਆ ਸੀ। ਐਕਟਰ ਦੀ ਪਤਨੀ ਨੇ ਐਕਟਰ ਖਿਲਾਫ ਕੇਸ ਵੀ ਦਰਜ ਕੀਤਾ ਸੀ। ਹਾਲਾਂਕਿ ਹੁਣ ਇਹਨਾਂ ਦੋਵਾਂ ਵਿਚਾਲੇ ਸਮਝੌਤਾ ਹੋ ਗਿਆ ਹੈ, ਪਰ ਅੱਜ ਆਲੀਆ ਸਿੱਦੀਕੀ ਨੇ ਇੱਕ ਅਣਜਾਣ ਵਿਅਕਤੀ ਦੇ ਨਾਲ ਆਪਣੀ ਤਸਵੀਰ ਸ਼ੇਅਰ ਕਰਕੇ ਆਪਣੇ ਨਵੇਂ ਰਿਸ਼ਤੇ ਬਾਰੇ ਬਹੁਤ ਕੁਝ ਕਿਹਾ ਹੈ। ਆਲੀਆ ਸਿੱਦੀਕੀ ਨੇ ਫੋਟੋ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ਜਿਸ ਰਿਸ਼ਤੇ ਨੂੰ ਮੈਂ ਇੰਨਾ ਮਹੱਤਵ ਦਿੱਤਾ, ਉਸ ਤੋਂ ਬਾਹਰ ਨਿਕਲਣ 'ਚ ਮੈਨੂੰ 19 ਸਾਲ ਲੱਗ ਗਏ, ਪਰ ਮੇਰੇ ਬੱਚੇ ਮੇਰੀ ਜ਼ਿੰਦਗੀ ਵਿੱਚ ਪਹਿਲਿਆਂ ਨੇ, ਉਹ ਹਮੇਸ਼ਾ ਸਨ, ਹਮੇਸ਼ਾ ਰਹਿਣਗੇ। ਆਲੀਆ ਸਿੱਦੀਕੀ ਨੇ ਅੱਗੇ ਕਿਹਾ, ਹਾਲਾਂਕਿ ਕੁਝ ਰਿਸ਼ਤੇ ਅਜਿਹੇ ਹਨ ਜੋ ਦੋਸਤੀ ਤੋਂ ਵੱਧ ਹੁੰਦੇ ਨੇ, ਇਹ ਰਿਸ਼ਤਾ ਵੀ ਕੁਝ ਅਜਿਹਾ ਹੀ ਹੈ ਅਤੇ ਮੈਂ ਇਸ ਤੋਂ ਬਹੁਤ ਖੁਸ਼ ਹਾਂ। ਇਸ ਲਈ ਮੈਂ ਤੁਹਾਡੇ ਸਾਰਿਆਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹਾਂ ਕਿ ਮੈਨੂੰ ਖੁਸ਼ ਰਹਿਣ ਦਾ ਹੱਕ ਨਹੀਂ ਹੈ। ਨਵਾਜ਼ੁਦੀਨ ਦੀ ਪਤਨੀ ਦੀ ਪੋਸਟ 'ਤੇ ਲੋਕ ਵੱਖੋ ਵੱਖਰੇ ਕਮੈਂਟ ਕਰ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ, ਅੱਲਾ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ। ਇੱਕ ਹੋਰ ਯੂਜ਼ਰ ਨੇ ਲਿਖਿਆ, ਤੁਹਾਨੂੰ ਪੂਰਾ ਹੱਕ ਹੈ ਆਂਟੀ। ਇੱਕ ਯੂਜ਼ਰ ਨੇ ਪੁੱਛਿਆ, ਇਹ ਮਿਸਟਰ ਜੀ ਕੌਣ ਨੇ? ਆਲੀਆ ਦੀ ਪੋਸਟ ਦੇਖ ਕੇ ਨਵਾਜ਼ੁਦੀਨ ਸਿੱਦੀਕੀ ਦੇ ਫੈਨਸ ਗੁੱਸੇ ਵਿੱਚ ਆ ਗਏ। ਇੱਕ ਯੂਜ਼ਰ ਨੇ ਲਿਖਿਆ, ਆਪਣਾ ਸਰਨੇਮ ਬਦਲੋ।
एक यूजर ने लिखा, तू बहुत ड्रामेबाजी कर दिया। एक और ने लिखा, बहुत वधिया, इसे लई ए सारा ड्रामा कीता गया, तुहानू शर्म आनी चाहीदी है। एक और ने लिखा, कुछ दिन पहला मैनू तुहाडे लई तरस आ रहा सी, पर मैं गलत सी। नवाजुद्दीन अते आलिया दे दो बच्चे ने, बेटी दी उमर 12 साल अते बेटे दी उमर 7 साल है। आलिया ने अपने पति दे बच्चियां नू छड्डन दा दोष लगाया सी। नवाजुद्दीन ने फिर दावा कीता सी कि आलिया उन्हां दी जानकारी तो बिना बच्चियां नू दुबई तो भारत लै आई सी, जिस कारण उन्हां दी पढ़ाई ते असर हो रहा सी। खबरां दी मन्निए तां नवाजुद्दीन अते आलिया दा तलाक हो जाएगा। दोवां चाहुंदे ने कि बच्चियां दी कस्टडी उन्हां कोल रहे।